ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨਕਸ਼ੇ ਸਾਡੇ ਕਿਵੇਂ ਮਦਦਗਾਰ ਹਨ ਜਿਹੜਾ ਟੌਪਿਕ ਹੈ ਜੀ ਇਹਨੂੰ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਆਪਾਂ ਤਿੰਨ ਵੀਡੀਓਜ਼ ਪ੍ਰੋਵਾਈਡ ਕਰਵਾ ਚੁੱਕੇ ਹਾਂ ਜੀ ਉਹ ਜਿਹੜੀਆਂ ਵੀਡੀਓਜ਼ ਨੇ ਜੀ ਉਹਨਾਂ ਨੂੰ ਆਪਾਂ ਪੀਐਸਟੈਟ ਦੀ ਪ੍ਰੀਖਿਆ ਸੀਟੈਟ ਦੀ ਪ੍ਰੀਖਿਆ ਤੇ ਈਟੀਟੀ ਦਾ ਜਿਹੜਾ ਸੈਕੰਡ ਪੇਪਰ ਹੁੰਦਾ ਹੈ ਜੀ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਵੀਡੀਓ ਨੂੰ ਆਪਾਂ ਬਣਾ ਰਹੇ ਹਾਂ ਇਹ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਜੀ ਤੁਹਾਡੇ ਐਗਜ਼ਾਮ ਪੁਆਇੰਟ ਆਫ 뷰 ਤੋਂ ਕਾਫੀ ਇੰਪੋਰਟੈਂਟ ਨੇ ਜੀ ਜੇਕਰ ਤੁਸੀਂ ਇਹਨਾਂ ਵੀਡੀਓਜ਼ ਨੂੰ ਚੰਗੀ ਤਰ੍ਹਾਂ ਵੇਖਦੇ ਹੋ ਤੁਹਾਡੀ ਜਿਹੜੀ ਕਨਸੈਪਟ ਕਲੈਰਟੀ ਹੈ ਜੀ ਵੱਧਦੀ ਹੈ ਤੇ ਤੁਹਾਡੇ ਜਿਹੜੇ ਨੰਬਰ ਹੈਗੇ ਨੇ ਜੀ ਉਹ ਆਪਣੇ ਆਪ ਹੀ ਵੱਧ ਜਾਣਗੇ ਸੋ ਦੋਸਤੋ ਤੁਹਾਡਾ ਬਹੁਤਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਤੇ ਇਹ ਦੋਸਤੋ ਜਿਹੜਾ ਟੌਪਿਕ ਹੈ ਜੀ ਇਹ ਐਸਐਸਟੀ ਦਾ ਟੌਪਿਕ ਹੈ ਜੀ ਜੀਓਗ੍ਰਾਫੀ ਦੇ ਲੈਸਨ ਵਿੱਚੋਂ ਇਹ ਟੌਪਿਕ ਲਿਆ ਗਿਆ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਿਹੜਾ ਲਾਲ ਵਾਲਾ ਬਟਨ ਹੈ ਜੀ ਉਹਨੂੰ ਜ਼ਰੂਰ ਪ੍ਰੈਸ ਕਰ ਲਿਓ ਤੇ ਨਾਲ ਇੱਕ ਜਿਹੜਾ ਬੈਲ ਆਈਕਨ ਹੋਏਗਾ ਜੀ ਤੁਸੀਂ ਉਹਨੂੰ ਵੀ ਪ੍ਰੈਸ ਕਰ ਲੈਣਾ ਹੈ ਤੇ ਲਾਸਟ ਜੇਕਰ ਵੀਡੀਓ ਇਨਫੋਰਮੇਟਿਵ ਜਾਂ ਫਿਰ ਹੈਲਪਫੁਲ ਲੱਗੀ ਹੋਵੇ ਤੇ ਤੁਸੀਂ ਜਿਹੜਾ ਲਾਈਕ ਬਟਨ ਹੈ ਜੀ ਉਹ ਵੀ ਪ੍ਰੈਸ ਕਰਨ ਤੋਂ ਬਾਅਦ ਆਪਦੇ ਦੋਸਤਾਂ ਨੂੰ ਵੀ ਇਹ ਵੀਡੀਓ ਸ਼ੇਅਰ ਕਰ ਸਕਦੇ ਹੋ ਸੋ ਦੋਸਤੋ ਵੀਡੀਓ ਨੂੰ ਕਰਦੇ ਆ ਸ਼ੁਰੂ ਸੋ ਦੋਸਤੋ ਤੁਹਾਡੇ ਸਾਹਮਣੇ ਜਿਹੜਾ ਚੈਪਟਰ ਹੈ ਜੇ ਮੈਂ ਇਹ ਓਪਨ ਕਰ ਦਿੱਤਾ ਹੈ ਨਕਸ਼ੇ ਸਾਡੀ ਕਿਵੇਂ ਮਦਦਗਾਰ ਹਾਊ ਮੈਪਸ ਹੈਲਪ ਅਸ ਜੇਕਰ ਆਪਾਂ ਮੈਪਸ ਦੀ ਗੱਲ ਕਰੀਏ ਮੈਪਸ ਦੀ ਕੀ ਸਿਗਨੀਫੀਕੈਂਸ ਹੈਗੀ ਹੈ ਜੀ ਇਹ ਆਪਣੇ ਗੂਗਲ ਮੈਪਸ ਜਿਹੜੇ ਆਪਣੇ ਫੋਨਾਂ ਦੇ ਵਿੱਚ ਹੁੰਦੇ ਨੇ ਜੇਕਰ ਆਪਾਂ ਕਿਤੇ ਵੀ ਜਾਣਾ ਹੋਵੇ ਤੇ ਆਪਾਂ ਕੀ ਕਰਦੇ ਆ ਆਪਾਂ ਉੱਥੇ ਵੀ ਮੈਪਸ ਦੀ ਵਰਤੋਂ ਹੀ ਕਰਦੇ ਆ ਠੀਕ ਹੈ ਨਾ ਜੀ ਸੋ ਆਪਾਂ ਉੱਥੋਂ ਹੀ ਸਮਝ ਸਕਦੇ ਆ ਕਿ ਅੱਜ ਕੱਲ ਜਿਹੜੀ ਮੈਪ ਦੀ ਜਿਹੜੀ ਸਿਗਨੀਫਿਕੈਂਸ ਹੈਗੀ ਹੈ ਜੀ ਉਹ ਕਿੰਨੀ ਜ਼ਿਆਦਾ ਵੱਧ ਚੁੱਕੀ ਹੈ ਅੱਜ ਕੱਲ ਆਪਾਂ ਸਾਰੇ ਹੀ ਜਿਹੜੇ ਕੰਮ ਨੇ ਜੀ ਉਹ ਮੈਪਸ ਦੇ ਥਰੂ ਵੀ ਕਰਦੇ ਆ ਤੇ ਆਪਾਂ ਆਪਣੀ ਲਾਈਫ ਦੇ ਵਿੱਚ ਮੈਪਸ ਦੀ ਕੀ ਇੰਪੋਰਟੈਂਸ ਹੈ ਮੈਪਸ ਸਾਡੀ ਜ਼ਿੰਦਗੀ ਵਿੱਚ ਕੀ ਭੂਮਿਕਾ ਨਿਭਾ ਰਹੇ ਹਨ ਆਪਾਂ ਇਹਦੀ ਵੀ ਗੱਲ ਕਰਾਂਗੇ ਸੋ ਦੋਸਤੋ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਜਿਹੜਾ ਚੈਪਟਰ ਹੈ ਜੀ ਤੇ ਮੈਪ ਬਾਰੇ ਤੁਸੀਂ ਕਾਫੀ ਕੁਝ ਸੁਣਿਆ ਵੀ ਹੋਊਗਾ ਜੀ ਜਿਵੇਂ ਕਿ ਆਪਣੇ ਭਾਰਤ ਦਾ ਨਕਸ਼ਾ ਪੰਜਾਬ ਦਾ ਨਕਸ਼ਾ ਤੁਸੀਂ ਵੇਖਿਆ ਵੀ ਹੋਣਾ ਤੇ ਉਹਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜੀ ਆਪਾਂ ਨੂੰ ਉਹ ਵੀ ਸਮਝਣੀਆਂ ਪੈਂਦੀਆਂ ਨੇ ਜੀ ਤੇ ਇਹ ਜਿਹੜਾ ਨਕਸ਼ੇ ਹੈਗੇ ਆ ਜੀ ਇਹ ਕਿਵੇਂ ਬਣਾਏ ਜਾਂਦੇ ਨੇ ਤੇ ਨਕਸ਼ੇ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਤੇ ਨਕਸ਼ੇ ਜਿਹੜੇ ਹੈਗੇ ਨੇ ਜੀ ਇਹਨਾਂ ਦੀ ਕੀ ਸਿਗਨੀਫੀਕੈਂਸ ਹੈਗੀ ਆਪਣੀ ਲਾਈਫ ਦੇ ਵਿੱਚ ਇਹਨਾਂ ਸਾਰੀਆਂ ਹੀ ਗੱਲਾਂ ਨੂੰ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਜੇਕਰ ਆਪਾਂ ਕਿਤੇ ਸਕੂਲ ਜਾਣਾ ਹੋਵੇ ਕਾਲਜ ਜਾਣਾ ਹੋਵੇ ਆਪਦੇ ਘਰ ਜਾਣਾ ਹੋਵੇ ਤੇ ਕਿਤੇ ਨਾ ਕਿਤੇ ਆਪਾਂ ਨੂੰ ਜਿਹੜਾ ਨਕਸ਼ਾ ਹੁੰਦਾ ਆਪਣੇ ਦਿਮਾਗ ਦੇ ਵਿੱਚ ਉਹ ਮਤਲਬ ਆਪਣੇ ਤਿਆਰ ਹੀ ਹੁੰਦਾ ਕਿ ਹਾਂ ਵੀ ਅਸੀਂ ਆਹ ਵਾਲੇ ਰਾਤ ਉਹੀ ਜਾਣਾ ਮਤਲਬ ਇਹ ਕਿ ਇਹ ਵੀ ਕਿਤੇ ਨਾ ਕਿਤੇ ਮੈਪਸ ਹੀ ਮੈਪਸ ਦੇ ਥਰੂ ਹੀ ਆਪਾਂ ਨੂੰ ਇਹਨਾਂ ਰਾਵਾਂ ਬਾਰੇ ਪਤਾ ਲੱਗਦਾ ਜੀ ਤੇ ਇਹ ਮੈਪਸ ਦੇ ਥਰੂ ਹੀ ਕਈ ਵਾਰ ਆਪਾਂ ਕਿਸੇ ਲੋਕੈਲਿਟੀ ਦੇ ਵਿੱਚ ਜਾਂਦੇ ਆ ਜਾਂ ਫਿਰ ਕਿਸੇ ਸ਼ਹਿਰ ਦੇ ਵਿੱਚ ਜਾਂਦੇ ਆ ਕਈ ਵਾਰ ਉਸ ਛੋਟੇ ਜਿਹੇ ਸ਼ਹਿਰ ਦਾ ਜਿਹੜਾ ਨਕਸ਼ਾ ਹੁੰਦਾ ਹੈ ਜੀ ਉਹ ਵੀ ਤੁਹਾਨੂੰ ਉੱਤੇ ਵੇਖਣ ਨੂੰ ਮਿਲਦਾ ਹੈ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਕਿਉਂਕਿ ਤੁਸੀਂ ਇਸ ਮੈਪ ਦੇ ਥਰੂ ਚੰਗੀ ਤਰ੍ਹਾਂ ਉਹ ਜਿਹੜਾ ਏਰੀਆ ਹੈ ਜੀ ਉੱਥੇ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਘੁੰਮ ਫੇਰ ਸਕਦੇ ਹੋ ਜਾਂ ਤੁਸੀਂ ਜੇ ਕਿਸੇ ਕੰਟਰੀ ਬਾਰੇ ਗੱਲ ਕਰੋ ਜਾਂ ਫਿਰ ਕਿਸੇ ਕੰਟੀਨੈਂਟ ਬਾਰੇ ਗੱਲ ਕਰੋ ਤੇ ਆਪਾਂ ਨੂੰ ਮੈਪ ਦੇ ਥਰੂ ਹੀ ਸਾਰੀ ਜਾਣਕਾਰੀ ਮਿਲਦੀ ਹੈ ਕਿ ਆਹ ਵਾਲਾ ਜਿਹੜਾ ਬਾਰਡਰ ਹੈ ਜਿਵੇਂ ਕਿ ਭਾਰਤ ਪਾਕਿਸਤਾਨ ਦਾ ਬਾਰਡਰ ਹੈ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਕਿੱਥੋਂ ਮਿਲੂਗੀ ਜੇਕਰ ਨਕਸ਼ਾ ਨਾ ਹੋਇਆ ਆਪਾਂ ਨਕਸ਼ੇ ਦੇ ਥਰੂ ਹੀ ਦੱਸਾਂਗੇ ਨਾ ਕਿ ਹਾਂ ਵੀ ਇਹ بڑا ਏਰੀਆ ਭਾਰਤ ਦਾ ਹੈ ਤੇ ਆਹ ਵਾਲਾ ਏਰੀਆ ਪਾਕਿਸਤਾਨ ਦਾ ਹੈ ਜਾਂ ਫਿਰ ਆਪਾਂ ਚਾਈਨਾ ਦੀ ਗੱਲ ਕਰ ਸਕ یا پھر اپنے ਨਾਲ ਜਿਹੜੇ ਵੀ ਨੇੜੇ-ਨੇੜੇ ਖੇਤਰ ਲੱਗਦੇ ਨੇ ਨੇੜੇ-ਨੇੜੇ ਜਿਹੜੇ ਹੈਗੇ ਜੀ ਕੰਟਰੀਜ਼ ਲੱਗਦੀਆਂ ਨੇ ਜਿਵੇਂ ਕਿ بنگلہ دیش ਹੋ ਗਈ سو ایسے طرح ہی جنیاں بھی ਕੰਟਰੀਜ਼ ਨੇ مطلب ਕਿ ਇਹ ਸਾਰੇ ਹੀ ਮੈਪ ਦੀ ਵਰਤੋਂ ਕਰਦੇ ਨੇ ਫਿਰ ਇਹਨਾਂ ਨੂੰ ਆਪਣੇ ਬਾਰਡਰਾਂ ਬਾਰੇ ਪਤਾ ਲੱਗਦਾ ਹੈ ਜੀ ਆਪਾਂ گلوب ਦੀ ਵੀ ਗੱਲ ਕੀਤੀ ਸੀਗੀ ਜੀ ਜਿਵੇਂ ਕਿ ਆਪਾਂ گلوب ਦਾ ਜਦੋਂ ਆਪਾਂ ਚੈਪਟਰ ਪੜ੍ਹ ਰਹੇ ਸੀ ਉੱਥੇ ਮੈਂ ਤੁਹਾਨੂੰ ਮੈਪਸ ਬਾਰੇ ਵੀ ਦੱਸਿਆ ਸੀ ਕਿ گلوب ਕੀ ਹੈ ਵੈਸੇ گلوب ਇੱਕ ਟਰੂ ਰਿਪਰੈਜ਼ੈਂਟੇਸ਼ਨ ਹੈਗੀ ਹੈ ਠੀਕ ਹੈ ਜੀ ਕਾਦੀ ਰਿਪਰੈਜ਼ੈਂਟੇਸ਼ਨ ਆਪਣੀ ਧਰਤੀ ਦੀ ਭਾਵ ਇਹ ਹੈ ਕਿ ਗਲੋਬ ਹਨ ਜਿਹੜਾ ਇੱਕ ਹੂ ਬੂ ਮਾਡਲ ਹੈ ਧਰਤੀ ਦਾ ਜਿਵੇਂ ਕਿ ਜੋ ਰੇਸ਼ੋ ਤੁਹਾਨੂੰ ਅਰਥ ਦੇ ਕੰਟੀਨੈਂਟਸ ਦੀ ਹੈਗੇ ਜਾਂ ਫਿਰ ਜਿਹੜੇ ਮਹਾਸਾਗਰ ਹੈਗੇ ਨੇ ਜੀ ਉਹ ਸੇਮ ਜਿਹੜਾ ਤੁਹਾਨੂੰ ਰੇਸ਼ੋ ਹੈ ਜੀ ਉਹ ਤੁਹਾਨੂੰ ਗਲੋਬ ਤੇ ਵੇਖਣ ਨੂੰ ਮਿਲਦਾ ਹੈ ਬਟ ਜਿਹੜੇ ਮੈਪਸ ਹੁੰਦੇ ਨੇ ਜੀ ਇਹਨਾਂ ਨੂੰ ਆਪਾਂ ਕੀ ਕਰਦੇ ਆ ਇਹਨੂੰ ਆਪਾਂ ਢੋਰ ਡਿਟੇਲ ਦੇ ਵਿੱਚ ਬਣਾ ਸਕਦੇ ਆ ਜਿਵੇਂ ਕਿ ਗਲੋਬ ਦੇ ਵਿੱਚ ਤਾਂ ਤੁਸੀਂ ਇਹ ਵੇਖ ਲਿਆ ਕਿ ਹਾਂ ਵੀ ਆ ਜਿਹੜਾ ਕੰਟਰੀ ਹੈ ਜੀ ਇੰਨੀ ਵੱਡੀ ਕੰਟਰੀ ਹੈ ਉਹਦੇ ਨਾਲ ਦਾ ਜਿਹੜਾ ਸਮੁੰਦਰ ਲੱਗਦਾ ਹੈ ਜਾਂ ਫਿਰ ਜਿਹੜਾ ਮਹਾਦੀਪ ਆਇਆ ਜਾਂ ਫਿਰ ਮਹਾਸਾਗਰ ਹੈ ਗਿਆ ਜੀ ਉਹਨਾਂ ਦਾ ਸਾਈਜ਼ ਇਹ ਹੈ ਬਟ ਜੇਕਰ ਤੁਸੀਂ ਮੰਨ ਲਓ ਕਿ ਆਪਣੇ ਪਿੰਡ ਦਾ ਜਿਹੜਾ ਪਿੰਡ ਦੀ ਜਿਹੜੀ ਜਗ੍ਹਾ ਹੈਗੀ ਹੈ ਜੇਕਰ ਤੁਸੀਂ ਉਹ ਗਲੋਬ ਤੇ ਵੇਖਣੀ ਹੋਵੇ ਤੁਸੀਂ ਉਹ ਵੇਖ ਸਕਦੇ ਹੋ ਨਹੀਂ ਵੇਖ ਸਕਦੇ ਸੋ ਇਹਦੇ ਲਈ ਤੁਸੀਂ ਕੀ ਕਰੋਗੇ ਉਹਦੇ ਲਈ ਤੁਹਾਨੂੰ ਨਕਸ਼ਾ ਬਣਾਉਣਾ ਪੈਣਾ ਜਾਂ ਫਿਰ ਨਕਸ਼ੇ ਤੇ ਹੀ ਵੇਖਣਾ ਪਊਗਾ ਕਿ ਉਹ ਜਿਹੜੀ ਜਗ੍ਹਾ ਹੈਗੀ ਹੈ ਜੀ ਉਹ ਕਿੱਥੇ ਹੈ ਠੀਕ ਹੈ ਜੀ ਤੁਸੀਂ ਮੇਰੀਆਂ ਗੱਲਾਂ ਨੂੰ ਸਮਝ ਪਾ ਰਹੇ ਹੋਵੋਗੇ ਸੋ ਦੋਸਤੋ ਇਹਦੇ ਲਈ ਆਪਾਂ ਕੀ ਕਰਦੇ ਹਾਂ ਜੀ ਇਹਦੇ ਲਈ ਆਪਾਂ ਮੈਪਸ ਬਣਾਉਨੇ ਆ ਮੈਪਸ ਆਪਾਂ ਬਣਾਉਂਦੇ ਕਿਵੇਂ ਆ ਜੀ ਇਹਦੀ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਇਹ ਸਮਝ ਲੈਣੇ ਆ ਕਿ ਜਿਹੜੇ ਮੈਪਸ ਹੁੰਦੇ ਨੇ ਇਨਾਂ ਮਤਲਬ ਇਨਾਨੀਆਂ ਕਿੰਨੀਆਂ ਟਾਈਪਸ ਹੁੰਦੀਆਂ ਨੇ ਤੇ ਉਹ ਜਿਹੜੀਆਂ ਟਾਈਪਸ ਹੁੰਦੀਆਂ ਨੇ ਉਹਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਤਰ੍ਹਾਂ ਦੇ ਜਿਹੜੇ ਮੈਪਸ ਹੈਗੇ ਆ ਜੇ ਵੇਖਣ ਨੂੰ ਮਿਲਦੇ ਨੇ ਉਹਨਾਂ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਦੋ ਇੱਕ ਡਾਇਗਰਾਮ ਵਿਖ ਰੀਆਂ ਹੋਣਗੇ ਆ ਜੀ ਇੱਕ ਤਾਂ ਡਾਇਗਰਾਮ ਹੈਗੇ ਆ ਜੀ ਕੰਪਾਸ ਦੀ ਵੈਸੇ ਦੋਸਤੋ ਕੰਪਾਸ ਕੀ ਹੁੰਦਾ ਜੀ ਕੰਪਾਸ ਦੇ ਥਰੂ ਤੁਸੀਂ ਕੀ ਕਰਦੇ ਹੋ ਕੰਪਾਸ ਦੇ ਥਰੂ ਤੁਸੀਂ ਆਪ ਦੀ ਜਿਹੜੀ ਡਾਇਰੈਕਸ਼ਨ ਹੈਗੀ ਹੈ ਜੀ ਤੁਸੀਂ ਉਹ ਚੈੱਕ ਕਰ ਸਕਦੇ ਹੋ ਕਿ ਤੁਸੀਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਖੜੇ ਹੋ ਕਈ ਵਾਰ ਆਪਾਂ ਕੀ ਹੁੰਦਾ ਜੀ ਕਈ ਲੋਕ ਰਾਹ ਭਟਕ ਜਾਂਦੇ ਆ ਜੀ ਉਹਦੇ ਵਿੱਚ ਆਪਾਂ ਕੰਪਾਸ ਦੀ ਯੂਜ਼ ਕਰਦੇ ਆ ਪਹਿਲਾਂ ਵਾਲੇ ਟਾਈਮ ਦੇ ਵਿੱਚ ਵੀ ਲੋ ਕੰਪਾਸ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਸਕੇ ਤੇ ਇਹਦੇ ਵਿੱਚ ਮਤਲਬ ਕਿ ਇਹ ਚੁੰਬਕੀ ਕੰਪਾਸ ਹੁੰਦਾ ਹੈ ਚੁੰਬਕ ਨਾਲ ਬਣਿਆ ਹੁੰਦਾ ਇਹਦੇ ਵਿੱਚ ਮੇਨਲੀ ਤੁਹਾਨੂੰ ਨਾਰਥ ਐਂਡ ਸਾਊਥ ਪੋਲ ਹੈ ਜੀ ਇਹ ਤੁਹਾਨੂੰ ਇਹਦੇ ਵਿੱਚ ਡਿਨੋਟ ਹੁੰਦੇ ਹੋਏ ਵਿਖਣਗੇ ਐਂਡ ਜੇਕਰ ਆਪਾਂ ਮੇਜਰ ਡਾਇਰੈਕਸ਼ਨ ਦੀ ਗੱਲ ਕਰੀਏ ਮੁੱਖ ਦਿਸ਼ਾਵਾਂ ਦੀ ਗੱਲ ਕਰੀਏ ਤੇ ਚਾਰ ਤੁਹਾਨੂੰ ਡਾਇਰੈਕਸ਼ਨਾਂ ਮੇਨਲੀ ਵੇਖਣ ਨੂੰ ਮਿਲਦੀਆਂ ਨੇ ਜੀ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਸਾਰਨੋਂ ਲ ਜਿਹੜੀ ਪਹਿਲੀ ਡਾਇਰੈਕਸ਼ਨ ਕੀ ਫਿਰ ਆ ਗਿਆ ਜੀ ਪੱਛਮ ਜਿਹਨੂੰ ਤੁਸੀਂ ਵੈਸਟ ਕਹਿੰਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਉੱਤਰ ਜਿਹਨੂੰ ਤੁਸੀਂ ਨਾਰਥ ਕਹਿੰਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਸਾਊਥ ਜਿਹਨੂੰ ਤੁਸੀਂ ਦੱਖਣ ਕਹਿੰਦੇ ਹੋ ਠੀਕ ਹੈ ਜੀ ਇਹ ਮੇਨਲੀ ਚਾਰ ਡਾਇਰੈਕਸ਼ਨਾਂ ਹੁੰਦੀਆਂ ਨੇ ਜੀ ਹਾਲਾਂਕਿ ਇਹਦੇ ਵਿੱਚ ਵੀ ਕਾਫੀ ਡਾਇਰੈਕਸ਼ਨਾਂ ਹੁੰਦੀਆਂ ਨੇ ਠੀਕ ਹੈ ਜੀ ਚਾਰ ਤੋਂਨੋਂ ਇਹਦੇ ਵਿੱਚ ਵੀ ਡਾਇਰੈਕਸ਼ਨਾਂ ਵੇਖਣ ਨੂੰ ਮਿਲਦੀਆਂ ਨੇ ਉਹਦੇ ਵੀ ਆਪਾਂ ਗੱਲ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਸਮਝ ਲੈਣੇ ਆ ਕਿ ਮੈਪ ਸਾਡੀ ਹੈਲਪ ਕਰਦੇ ਕਿਵੇਂ ਆ ਜਿਵੇਂ ਆਪਾਂ ਇਸ ਤੋਂ ਪਹਿਲਾਂ ਜਿਹੜਾ ਇੱਕ ਚੈਪਟਰ ਸਮਝਿਆ ਸੀਗਾ ਜਿਹਦਾ ਕੀ ਨਾਮ ਸੀਗਾ ਜੀ ਉਹਦੇ ਵਿੱਚ ਆਪਾਂ ਗਲੋਬ ਦੇ ਵਿੱਚ ਹੀ ਲੈਟੀਟਿਊਡਸ ਐਂਡ ਲੌਂਗੀਟਿਊਡ ਦੀ ਗੱਲ ਕੀਤੀ ਸੀਗੀ ਜਿਹੜੀਆਂ ਕਿ ਲੈਟੀਟਿਊਡਸ ਲਾਈਨਾਂ ਸੀਗੀਆਂ ਉਹਨੂੰ ਤੁਸੀਂ ਸਮਾਨਾਂਤਰ ਕਹਿੰਦੇ ਹੋ ਨਾ ਜਿਹਨੂੰ ਤੁਸੀਂ ਅਕਸ਼ਾਂਸ਼ ਰੇਖਾਵਾਂ ਕਹਿੰਦੇ ਹੋ ਕੀ ਕਹਿੰਦੇ ਹੋ ਜੀ ਲੈਟੀਟਿਊਡਸ ਨੂੰ ਤੁਸੀਂ ਅਕਸ਼ਾਂਸ਼ ਰੇਖਾਵਾਂ ਕਹਿੰਦੇ ਹੋ ਤੇ ਜਿਹੜੀਆਂ ਲੌਂਗੀਟਿਊਡ ਸੀਗੀਆਂ ਜੀ ਉਹ ਕਿਹੜੀਆਂ ਲਾਈਨ ਸੀਗੀਆਂ ਲੌਂਗੀਟਿਊਡ ਨੂੰ ਤੁਸੀਂ ਦਿਸ਼ਾਂਤ ਰੇਖਾਵਾਂ ਕਹਿੰਦੇ ਹੋ ਤانوں ਯਾਦ ਆ ਰਿਆ ਹੋਣਾ ਕਿ ਮੈਂ ਉਹ ਜਿਹੜਾ ਚੈਪਟਰ ਸੀਗਾ ਜਦੋਂ ਸਮਝਾਇਆ ਸੀ ਉਹਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਸੀਗੀ ਤੇ ਦੋਸਤੋ ਇਹਨਾਂ ਦੀ ਵਰਤੋਂ ਨਾਲ ਹੀ ਆਪਾਂ ਜਿਹੜਾ ਮੈਪ ਹੈ ਜੀ ਉਹ ਬਣਾਉਨੇ ਆ ਠੀਕ ਹੈ ਜੀ ਐਂਡ ਆਪਾਂ ਇਹਨਾਂ ਮੈਪਸ ਦੇ ਵਿੱਚ ਜੇ ਕੋਈ ਰਾਹ ਹੈਗਾ ਜੀ ਜਾਂ ਫਿਰ ਕਿਤੇ ਕਿਤੇ ਵਪਾਰ ਹੋ ਰਿਹਾ ਜਾਂ ਫਿਰ ਕੋਈ ਲੈਂਡ ਵਾਰੇ ਜਾਂ ਫਿਰ ਕੋਈ ਉੱਥੇ ਫਿਜ਼ੀਕਲ ਰਿਲੀਫ ਕੋਈ ਪर्वਤ ਹੈਗਾ ਜੀ یا پھر ਆਪਾਂ ਕਿਸੇ ਵੀ ਚੀਜ਼ ਨੂੰ ਉਸ ਮੈਪ ਦੇ ਉੱਤੇ ਦਰਸਾ ਸਕਦੇ ਆ ਤੇ ਆਪਾਂ ਨੂੰ ਇਸ ਕਰਕੇ ਉਸ ਮੈਪ ਦੀ ਕਿਸਮ ਬਾਰੇ ਵੀ ਪਤਾ ਹੋਣਾ ਚਾਹੀਦਾ ਸੋ ਦੋਸਤੋ ਇਹਦੇ ਵਿੱਚ ਕੀ ਹੁੰਦਾ ਹੈ ਜੀ ਨਕਸ਼ਿਆਂ ਦੀਆਂ ਵੱਖ-ਵੱਖ ਕਿਸਮਾਂ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਸਾਰਿਆਂ ਨੂੰ ਜਿਹੜਾ ਪਹਿਲਾ ਨਕਸ਼ਾ ਹੈ ਉਹ ਕੀ ਹੈ ਜੀ ఫిਜ਼ੀਕਲ ਮੈਪ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਤੁਹਾਨੂੰ ਪਹਾੜ ਵੀ ਵੇਖਣ ਨੂੰ ਮਿਲਦੇ ਨੇ ਜੀ ਕੁਝ ਤੁਹਾਨੂੰ ਮਾਰੂਥਲੀ ਖੇਤਰ ਜ਼ਿਆਦਾ ਤਾਂ ਨਹੀਂ ਪਰ ਜਿਵੇਂ ਕਿ ਮੁਕਸਰ ਮਾਨਸਾ ਬਠਿੰਡਾ ਇੱਧਰ ਜਿਵੇਂ ਕਿ ਤੁਹਾਨੂੰ ਥੋੜਾ ਥੋੜਾ ਮਾਰੂਥਲੀ ਖੇਤਰ ਵੇਖਣ ਨੂੰ ਮਿਲਦਾ ਹੈ ਜੀ ਜੇਕਰ ਆਪਾਂ ਪर्वतीय ਖੇਤਰ ਦੀ ਗੱਲ ਥੋੜਾ ਜਾਂ ਸ਼ਾਇਦ ਹੁਸ਼ਿਆਰਪੁਰ ਵਾਲਾ ਏਰੀਆ ਵੀ ਤੁਹਾਨੂੰ ਵੇਖਣ ਨੂੰ ਮਿਲਦਾ ਹੈ ਨਵੀਂ ਸ਼ਹਿਰ ਵਾਲਾ ਏਰੀਆ ਜਿਵੇਂ ਕਿ ਹੈ ਜੀ ਸੋ ਮਤਲਬ ਇਹ ਕੀ ਤੁਹਾਨੂੰ ਜਿਵੇਂ ਕਿ ਇੱਧਰ ਵੱਖਰੇ ਵੱਖਰੇ ਏਰੀਆ ਵੇਖਣ ਨੂੰ ਮਿਲਦੇ ਨੇ ਜੀ ਇਸ ਤਰ੍ਹਾਂ ਹੀ ਤੁਹਾਨੂੰ ਮੈਦਾਨੀ ਖੇਤਰ ਵੀ ਵੇਖਣ ਨੂੰ ਮਿਲਣਗੇ ਜੀ ਪੰਜਾਬ ਦੇ ਵਿੱਚ ਸੋ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਸਾਰੀਆਂ ਕਿਸਮਾਂ ਹੁੰਦੀਆਂ ਨੇ ਜਿਵੇਂ ਕਿ ਭਵਾ ਪਹਾੜਤ ਹੋਣ ਭਵਾ ਮਾਰੂਥਲੀ ਖੇਤਰ ਹੋਵੇ ਭਵਾ ਦਵਿਪ ਸਮੂਹ ਹੋਣ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਮੈਦਾਨੀ ਖੇਤਰ ਹੋਵੇ ਜਦੋਂ ਆਪਾਂ ਕਿਸੇ ਨਕਸ਼ੇ ਉੱਤੇ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਦਰਸਾਉਣੀ ਆ ਉਹਨੂੰ ਆਪਾਂ ਕੀ ਕਹਿੰਦੇ ਆ ਜੀ ਉਹਨ ਕਿ ਕਹਨੇ ਆ ਜੀ ਉਹਨੂੰ ਆਪਾਂ ਫਿਜ਼ੀਕਲ ਮੈਪ ਕਹਿੰਨੇ ਆ ਜਿਵੇਂ ਕਿ ਜੇਕਰ ਮੰਨ ਲਓ ਆਪਾਂ ਪਾਰਾ ਦਾ ਨਕਸ਼ਾ ਬਣਾਉਣਾ ਹੋਵੇ ਉਹਦੇ ਵਿੱਚ ਆਪ ਆਪਾਂ ਹਿਮਾਲਿਆ ਪਰਬਤ ਨੂੰ ਦਰਸਾਵਾਂਗੇ ਉਹ ਕਿਵੇਂ ਦਰਸਾਵਾਂਗੇ ਠੀਕ ਹੈ ਜੀ ਸੋ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਭੌਤਿਕ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਪਠਾਰ ਹੋਗੇ ਪਠਾਰ ਨੂੰ ਤੁਸੀਂ ਇੰਗਲਿਸ਼ ਵਿੱਚ ਕਹਿੰਦੇ ਹੋ ਪਲੇਟਿਊਸ ਮਾਊਂਟਨ ਜਿਹੜੇ ਹੋਗੇ ਜੀ ਇਹਨੂੰ ਤੁਸੀਂ ਕਹਿੰਦੇ ਹੋ ਪਰਬਤ ਪਲੇਨਸ ਹੋਗੇ ਜੀ ਮੈਦਾਨ ਇਸੇ ਤਰ੍ਹਾਂ ਹੀ ਮਾਰੂਥਲੀ ਮਾਰੂਥਲਾ ਬਾਰੇ ਤਾਂ ਇੱਥੇ ਚਲੋ ਨਹੀਂ ਲਿਖਿਆ ਹੋਇਆ ਬੜ ਜਦੋਂ ਤੁਸੀਂ ਇਹਨਾਂ ਸਾਰੀਆਂ ਹੀ ਚੀਜ਼ਾਂ ਬਾਰੇ ਤੁਸੀਂ ਕਿਸੇ ਇੱਕ ਸ ਉਹਨੂੰ ਤੁਸੀਂ ਕੀ ਕਹਿੰਨੇ ਹੋ ਜੀ ਭੌਤਿਕ ਨਕਸ਼ੇ ਭੌਤਿਕ ਆਪਣੇ ਨਾਮ ਤੋਂ ਹੀ ਕਲੀਅਰ ਹੋ ਰਿਹਾ ਮਤਲਬ ਕਿ ਜਿਹੜੀਆਂ ਫਿਜ਼ੀਕਲ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਦਰਸਾਉਣ ਲਈ ਜਦੋਂ ਤੁਸੀਂ ਇਹਨਾਂ ਮੈਪਸ ਦੀ ਵਰਤੋਂ ਕਰਦੇ ਹੋ ਠੀਕ ਹੈ ਜੀ ਜਾਂ ਫਿਰ ਕਹਿ ਲਓ ਕਿ ਕਿਸੇ ਰਿਲੀਫ ਫੀਚਰ ਨੂੰ ਰਿਲੀਫ ਫੀਚਰ ਤੋਂ ਭਾਵ ਇਹ ਹੈ ਕਿ ਕਿਸੇ ਵੀ ਫਿਜ਼ੀਕਲ ਜਿਹੜੀ ਭੌਤਿਕ ਜਿਹੜੀ ਚੀਜ਼ ਹੈਗੀ ਹੈ ਜੀ ਜਦੋਂ ਤੁਸੀਂ ਉਹਨੂੰ ਦਰਸਾਉਣ ਲਈ ਨਕਸ਼ਿਆਂ ਦੀ ਵਰਤੋਂ ਕਰਦੇ ਹੋ ਉਹਨੂੰ ਤੁਸੀਂ ਫਿਜ਼ੀਕਲ ਮੈਪ ਕਹਿੰਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਹਿਸਟੋਰੀਕਲ ਮੈਪਸ ਦੀ ਹਿਸਟੋਰੀਕਲ ਨੂੰ ਜੇ ਤੁਸੀਂ ਪੰਜਾਬੀ 'ਚ ਗੱਲ ਕਰੋ ਇਹਨੂੰ ਆਪਾਂ ਕਹ ਜੇਕਰ ਆਪਾਂ ਕੋਈ ਹਿਸਟੋਰੀਕਲ ਈਵੈਂਟ ਬਾਰੇ ਦੱਸਣਾ ਹੋਵੇ ਜੇਕਰ ਮੰਨ ਲਓ ਆਪਾਂ 1857 ਦਾ ਜਿਹੜਾ ਵਿਦਰੋਹ ਹੈਗਾ ਜੀ ਆਪਾਂ ਉਹਨਾਂ ਬਾਰੇ ਦੱਸਣਾ ਹੋਵੇ ਉਹਦੇ ਵਿੱਚ ਕਿੰਨੇ ਜਿਹੜੇ ਸੈਨਿਕ ਸਕੇ ਜੀ ਉਹ ਸ਼ਹੀਦ ਹੋਏ ਸੀ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਦੇਸ਼ ਲਈ ਮਤਲਬ ਲੜ ਰਹੇ ਸੀ ਨਾ ਉਹ ਆਪਣੇ ਦੇਸ਼ ਲਈ ਲੜ ਰਹੇ ਸੀਗੇ ਸੋ ਇਹਦੇ ਵਿੱਚ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਜੰਗਾਂ ਨੇ ਜੀ ਕਿੱਥੋਂ ਕਿੱਥੋਂ ਇਹ ਜਿਹੜਾ ਵਿਦਰੋਹ ਸਟਾਰਟ ਹੋਇਆ ਜੇਕਰ ਆਪਾਂ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਦਰਸਾਉਣਾ ਹੋਵੇ ਆਪਾਂ ਕਿਵੇਂ ਦਰਸਾਵਾਂਗੇ ਜੀ ਆਪਾਂ ਇਹਨਾਂ ਇਤਿਹਾਸਿਕ ਨਕਸ਼ਿਆਂ ਦੀ ਮਦਦ ਨਾਲ ਠੀਕ ਹੈ ਜੀ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦਰਸਾ ਸਕਦੇ ਹਾਂ ਸੋ ਇਹ ਗੱਲ ਤੁਹਾਨੂੰ ਪਤਾ ਲੱਗ ਗਈ ਜਾਂ ਫਿਰ ਆਪਾਂ ਕਿਸੇ ਸਿਵਲਾਈਜੇਸ਼ਨ ਬਾਰੇ ਵੀ ਦੱਸਣਾ ਹੋਵੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਨਾ ਮੈਸੋਪੋਟਾਮੀਆ ਜਿਵੇਂ ਸਭਿਤਾ ਹੋਗੀ ਸੋ ਇਸੇ ਤਰ੍ਹਾਂ ਦੀਆਂ ਕਾਫੀ ਸਾਰੀਆਂ ਸਭਿਤਾਵਾਂ ਹੋਈਆਂ ਨੇ ਜੀ ਸੋ ਜੇਕਰ ਆਪਾਂ ਇਹਨਾਂ ਨੂੰ ਦਰਸਾਉਣਾ ਹੋਵੇ ਤੇ ਆਪਾਂ ਹਿਸਟੋਰੀਕਲ ਮੈਪਸ ਦੀ ਵਰਤੋਂ ਕਰਾਂਗੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਡਿਸਟ੍ਰਿਬਿਊਸ਼ਨਲ ਮੈਪਸ ਦੀ ਵਨ ਦੇ ਸੰਬੰਧੀ ਨਕਸ਼ੇ ਜਿਵੇਂ ਮੰਨ ਲਓ ਆਪਾਂ ਕਿਸੇ ਸਪੈਸੀਫਿਕ ਚੀਜ਼ ਬਾਰੇ ਗੱਲ ਕਰਨੀ ਹੋਵੇ ਹੁਣ ਜੇਕਰ ਆਪਾਂ ਹੁਣ ਪੰਜਾਬ ਦੀ ਹੀ ਗੱਲ ਕਰ ਲਈਏ ਜੇਕਰ ਪੰਜਾਬ ਦੇ ਵਿੱਚ ਆਪਾਂ ਇਹ ਦੱਸਣਾ ਹੋਵੇ ਕਿ ਹਾਂ ਵੀ ਐਤਕੀ ਇਸ ਸਾਲ ਆਪਣੇ ਕਣਕ ਦੀ ਫਸਲ ਕਿੰਨੀ ਹੋਈ ਹੈ ਜੀ ਜਾਂ ਫਿਰ ਆਪਾਂ ਕਹਿ ਸਕਦੇ ਕੋਈ ਹੋਰ ਜਿਹੜੀ ਫਸਲ ਆਪਣੇ ਕਿਸਾਨਾਂ ਨੇ ਉਗਾਈ ਹੈ ਜੀ ਉਹ ਮਤਲਬ ਕਿੰਨੀ ਮਾਤਰਾ ਦੇ ਵਿੱਚ ਉਗਾਈ ਹੈ ਮਤਲਬ ਆਪਾਂ ਉਹਨੂੰ ਨਕਸ਼ੇ ਦੇ ਥਰੂ ਦਰਸਾ ਸਕਦੇ ਹਾਂ ਠੀਕ ਹੈ ਨਾ ਜੀ ਜਾਂ ਫਿਰ ਆਪਾਂ ਕੋਈ ਪੋਪੂਲੇਸ਼ਨ ਬਾਰੇ ਦੱਸਣਾ ਹੋਵੇ ਕਿ ਹਾਂ ਵੀ ਪਿਛਲੇ 10 ਸਾਲਾਂ ਦੇ ਵਿੱਚ ਇਸ ਇਸ ਏਰੀਆ ਦੇ ਵਿੱਚ ਐਨੀ ਐਨੀ ਪੋਪੂਲੇਸ਼ਨ ਵਧੀ ਹੈ ਤੇ ਉਹ ਕੀ ਕਰਾਂਗੇ ਜੀ ਆਪਾਂ ਉਹ ਵੀ ਉਹਨੂੰ ਇਸ ਡਿਸਟ੍ਰਿਬਿਊਸ਼ਨਲ ਮੈਪਸ ਦੇ ਥਰੂ ਦਰਸਾ ਸਕਦੇ ਆ ਜਾਂ ਫਿਰ ਆਪਾਂ ਕੋਈ मिनਰਲਸ मिनਰਲਸ ਕੀ ਹੁੰਦੇ ਨੇ ਜੀ ਖਣੇਜ ਪਦਾਰਥ ਮੰਨ ਲਓ ਕਿ ਜਿਹੜੇ ਜਿਹੜੇ ਖੇਤਰ ਦੇ ਵਿੱਚ ਤੁਹਾਨੂੰ ਖਣੇਜ ਪਦਾਰਥ ਵੇਖਣ ਨੂੰ ਮਿਲਦੇ ਨੇ ਆਪਾਂ ਉਹਨਾਂ ਨੂੰ ਨਕਸ਼ਾ ਤੇ ਮਾਰਗ ਕਰ ਸਕਦੇ ਆ ਠੀਕ ਹੈ ਜੀ ਸੋ ਭਾਵ ਇਹ ਹੈ ਕਿ ਆਪਾਂ ਜੇਕਰ ਕਿਸੇ ਸਪੈਸੀਫਿਕ ਚੀਜ਼ ਬਾਰੇ ਕੋਈ ਜਾਂ ਫਿਰ ਕੋਈ ਵਸਤੂ ਬਾਰੇ ਕਮੋਡਿਟੀਆਂ ਹੁੰਦੀਆਂ ਨੇ ਜੀ ਵਸਤੂ ਜੇਕਰ ਆਪਾਂ ਕਿਸੇ ਇਹਨਾਂ ਚੀਜ਼ਾਂ ਬਾਰੇ ਕੋਈ ਨਕਸ਼ਾ ਬਣਾ ਰਹੇ ਹਾਂ ਤੇ ਉਹਨੂੰ ਆਪਾਂ ਡਿਸਟ੍ਰਿਬਿਊਸ਼ਨਲ ਮੈਪ ਕਹਾਂਗੇ ਜਾਂ ਫਿਰ ਆਪਾਂ ਉਹਨੂੰ ਪੰਜਾਬੀ ਵਿੱਚ ਵੰਡ ਸੰਬੰਧੀ ਨਕਸ਼ੇ ਕਹਿ ਸਕਦੇ ਹਾਂ ਹੁਣ ਆ ਗਿਆ ਜੀ ਟੋਪੋਗ੍ਰਾਫੀਕਲ ਮੈਪਸ ਟੋਪੋਗ੍ਰਾਫੀਕਲ ਮੈਪਸ ਉਹ ਮੈਪਸ ਹੁੰਦੇ ਨੇ ਜਿਹਨੂੰ ਆਪਾਂ ਸਥਲ ਆਕਰਤੀ ਨਕਸ਼ੇ ਸਥਲ ਆਕਰਤੀ ਨਕਸ਼ੇ ਤੋਂ ਭਾਵ ਕੀ ਹੈ ਜੀ ਇਹਦੇ ਵਿੱਚ ਮੇਨਲੀ ਆਪਾਂ ਕਿਸੇ ਵੀ ਧਰਤੀ ਦਾ ਜਿਹੜਾ ਟੁਕੜਾ ਹੈ ਉਹਦੇ ਵਿੱਚ ਤੁਹਾਨੂੰ ਕੀ ਕੀ ਫੀਚਰ ਵੇਖਣ ਨੂੰ ਮਿਲਦੇ ਨੇ ਕਿਹੜੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਵੇਖਣ ਨੂੰ ਮਿਲਦੀਆਂ ਨੇ ਇਹ ਵਿਸ਼ੇਸ਼ਤਾਵਾਂ ਪ੍ਰਾਕ੍ਰਿਤਿਕ ਤੌਰ ਤੇ ਵੀ ਹੋ ਸਕਦੀਆਂ ਨੇ ਤੇ ਜਿਹੜੀਆਂ ਮਨੁੱਖਾਂ ਨੇ ਬਣਾਈਆਂ ਉਹ ਵੀ ਹੋ ਸਕਦੀਆਂ ਨੇ ਜਿਵੇਂ ਕਿ ਨਦੀਆਂ ਹੋ ਗਈਆਂ ਜੀ ਜੇਕਰ ਤੁਸੀਂ ਨਦੀਆਂ ਵਰ ਦਰਸਾਉਣਾ ਹੋਵੇ ਤੇ ਤੁਸੀਂ ਇਹਨਾਂ ਟੋਪੋਗ੍ਰਾਫੀਕਲ ਮੈਪਸ 'ਤੇ ਦਰਸਾ ਸਕਦੇ ਹੋ ਹੁਣ ਨਦੀਆਂ ਤਾਂ ਮਨੁੱਖ ਨੇ ਬਣਾਈਆਂ ਨਹੀਂ ਪਰ ਮਨੁੱਖਾਂ ਨੇ ਕੀ ਬਣਾਇਆ ਮਨੁੱਖਾਂ ਨੇ ਸੜਕਾਂ ਬਣਾਈਆਂ ਨੇ ਜੀ ਮਨੁੱਖਾਂ ਨੇ ਰੇਲਵੇ ਬਣਾਇਆ ਹੈ ਜੀ ਇਸੇ ਤਰ੍ਹਾਂ ਹੀ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਵੇਂ ਕਿ ਹਾਈਵੇਜ਼ ਹੋ ਗਏ ਰੋਡਵੇਜ਼ ਹੋ ਗਏ ਹੈ ਨਾ ਮਤਲਬ ਇਹ ਜੜੀਆਂ ਸਾਰੀਆਂ ਚੀਜ਼ਾਂ ਨੇ ਤੁਸੀਂ ਇਹਨਾਂ ਟੋਪੋਗ੍ਰਾਫੀਕਲ ਜਿਹੜੇ ਮੈਪਸ ਹੈਗੇ ਨੇ ਜੀ ਜਾਂ ਫਿਰ ਕੋਈ ਟਾਊਨ ਪਲੈਨਿੰਗ ਹੋ ਰਹੀ ਹੈ ਜਾਂ ਫਿਰ ਕਹਿ ਸਕਦੇ ਆ ਕਿ ਜੇਕਰ ਕਿਤੇ ਆਰਮੀ ਉੱਥੇ ਰਹਿ ਰਹੀ ਹੈ ਹੈ ਨਾ ਜਾਂ ਫਿਰ ਹੋਰ ਵੀ ਕਿਸੇ ਪਰਪਸ ਲਈ ਆਪਾਂ ਇਹਨਾਂ ਨਕਸ਼ਿਆਂ ਨੂੰ ਬਣਾ ਸਕਦੇ ਆ ਠੀਕ ਹੈ ਜੀ ਜਾਂ ਫਿਰ ਆਪਾਂ ਕਿਸੇ ਚੀਜ਼ ਦੀ ਸਟੱਡੀ ਵਗੈਰਾ ਕਰਨੇ ਆ ਆਪਾਂ ਇਹਨਾਂ ਨਕਸ਼ਿਆਂ ਨੂੰ ਬਣਾ ਸਕਦੇ ਹਾਂ ਸੋ ਤੁਹਾਨੂੰ ਪਤਾ ਲੱਗ ਗਿਆ ਹਣਾ ਟੋਪੋਗ੍ਰਾਫੀਕਲ ਮੈਪਸ ਕਿਹੜੇ ਹੁੰਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਐਟਲੈਸ ਐਟਲੈਸ ਦਾ ਨਾਮ ਤੁਸੀਂ ਬਹੁਤ ਜ਼ਿਆਦਾ ਸੁਣਿਆ ਹੋਊਗਾ ਜੀ ਐਟਲੈਸ ਨਾਮ ਦੀ ਕਿਤਾਬ ਹੁੰਦੀ ਹੈ ਜਿਹਦੇ ਵਿੱਚ ਤੁਹਾਨੂੰ ਨਾ ਬਹੁਤ ਸਾਰੇ ਜਿਹੜੇ ਨਕਸ਼ੇ ਹੈਗੇ ਜੀ ਵੇਖਣ ਨੂੰ ਮਿਲਦੇ ਨੇ ਜੀ ਜਿਹਦੇ ਵਿੱਚ ਤੁਸੀਂ ਇਹ ਨਾ ਇੱਕ ਉਹਦੇ ਵਿੱਚ ਵੀ ਸਕੇਲ ਦੀ ਵਰਤੋਂ ਕੀਤੀ ਗਈ ਹੁੰਦੀ ਆ ਆਪਾਂ ਸਕੇਲ ਦੀ ਗੱਲ ਵੀ ਆਪਾਂ ਅੱਗੇ ਕਰਾਂਗੇ ਬਟ ਇਹਦੇ ਵਿੱਚ ਨਾ ਮਤਲਬ ਇਹ ਕਿਤਾਬ ਦੇ ਫਾਰਮ ਦੇ ਵਿੱਚ ਹੁੰਦੀ ਹੈ ਇਹਦੇ ਵਿੱਚ ਤੁਹਾਨੂੰ ਸਾਰੇ ਹੀ ਜਿਹੜੇ ਏਰੀਆ ਹੈਗੇ ਆ ਜੀ ਸਾਰੀਆਂ ਹੀ ਮਤਲਬ ਜਿਵੇਂ ਫਸਲਾਂ ਹੋ ਗਿਆ ਆਪਾਂ ਉੱਥੇ ਦੀ ਆਬਾਦੀ ਹੋ ਗਈ ਲਿਟਰੇਸੀ ਰੇਟ ਹੋ ਗਿਆ ਉੱਥੇ ਦੇ ਜਿਹੜੇ ਪਹਾੜ ਤ ਨੇ ਜੀ ਜਾਂ ਫਿਰ ਕਹਿ ਲੋ ਕਿ ਜਿਹੜਾ ਪੋਲਿਟੀਕਲ ਮੈਪ ਹੋ ਗਿਆ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜੀ ਫਿਜ਼ੀਕਲ ਮੈਪ ਹੋ ਗਿਆ ਸਾਰੀਆਂ ਹੀ ਗੱਲਾਂ ਇਹਨਾਂ ਐਟਲਸ ਦੇ ਵਿੱਚ ਕਵਰ ਕੀਤੀ ਹੁੰਦੀ ਹੈ ਠੀਕ ਹੈ ਜੀ ਇਹਨੂੰ ਆਪਾਂ ਥੀਮੈਟਿਕ ਮੈਪ ਵੀ ਕਹਿੰਨੇ ਆ ਕੀ ਕਹਿੰਨੇ ਆ ਜੀ ਇਹਨੂੰ ਆਪਾਂ ਥੀਮੈਟਿਕ ਮੈਪਸ ਵੀ ਕਹਿੰਨੇ ਆ ਠੀਕ ਹੈ ਜੀ ਇਹਦੇ ਵਿੱਚ ਮਤਲਬ ਆਪਾਂ স্মਲ ਸਕੇਲ ਦੀ ਇਸ ਇਹਦੇ ਵਿੱਚ ਵਰਤੋਂ ਕੀਤੀ ਗਈ ਹੁੰਦੀ ਆ ਤੇ ਆਪਾਂ ਇਹਨੂੰ ਕਿਤੇ ਵੀ ਲੈ ਕੇ ਜਾ ਸਕਦੇ ਆ ਇੱਕ ਥਾਂ ਤੋਂ ਦੂਜੀ ਥਾਂ ਤੱਕ ਇਹਨੂੰ ਲਿਜਾਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਲਿਜਾਣ ਦੇ ਵਿੱਚ ਹੁਣ ਆਪਾਂ ਗੱਲ ਕਰਦੇ ਆ ਜੀ ਐਸੈਂਸ਼ੀਅਲ ਕੰਪੋਨੈਂਟ ਆਫ ਮੈਪਸ ਆਪਾਂ ਜੇਕਰ ਮੈਪਸ ਬਣਾਉਣਾ ਹੋਵੇ ਤੇ ਆਪਾਂ ਕਿਹੜੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਸਕਦੇ ਆ ਤੇ ਇਹਨਾਂ ਚੀਜ਼ਾਂ ਬਾਰੇ ਹੀ ਆਪਾਂ ਗੱਲ ਕਰਨ ਜਾ ਰਹੀਆਂ ਸੋ ਦੋਸਤੋ ਜੇਕਰ ਆਪਾਂ ਮੈਪਸ ਦੀ ਗੱਲ ਕਰੀਏ ਜੇਕਰ ਜਦੋਂ ਆਪਾਂ ਮੈਪਸ ਬਣਾਉਣੇ ਹੋਣ ਤੇ ਆਪਾਂ ਨੂੰ ਮੇਨਲੀ ਦੋ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜੀ ਉਹਨਾਂ ਦਾ ਧਿਆਨ ਰੱਖਣਾ ਪੈਂਦਾ ਇੱਕ ਕੀ ਹੈ ਜੀ ਇੱਕ ਤਾਂ ਹੈ ਡਿਸਟੈਂਸ ਕੀ ਹੈ ਜੀ ਇੱਕ ਤਾਂ ਹੈ ਡਿਸਟੈਂਸ ਤੇ ਡਿਸਟੈਂਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਆਪਾਂ ਨੂੰ ਡਾਇਰੈਕਸ਼ਨ ਦੀ ਵੀ ਲੋੜ ਪੈਂਦੀ ਹੈ ਠੀਕ ਹੈ ਜੀ ਕਿਉਂਕਿ ਆਪਾਂ ਹੁਣੇ ਕੰਪਾਸ ਦੇ ਵੀ ਗੱਲ ਕੀਤੀ ਆ ਜੇਕਰ ਮੰਨ ਲਓ ਤੁਸੀਂ ਕਿਤੇ ਜਾਣਾ ਹੋਵੇ ਹਨਾ ਜਿਵੇਂ ਮੰਨ ਲਓ ਤੁਸੀਂ ਫਰੀਦਕੋਟ ਜਾਣਾ ਹੋਵੇ ਜੇਕਰ ਤੁਸੀਂ ਫਰੀਦਕੋਟ ਜਾਣਾ ਹੋਵੇ ਤੁਹਾਨੂੰ ਡਾਇਰੈਕਸ਼ਨ ਦਾ ਹੀ ਨਾ ਪਤਾ ਹੋਵੇ ਫਿਰ ਤੁਸੀਂ ਕਿਵੇਂ ਜਾ ਸਕਦੇ ਹੋ ਨਹੀਂ ਜਾ ਸਕਦੇ ਨਾ ਸੋ ਇਸੇ ਤਰ੍ਹਾਂ ਹੀ ਕੁਝ ਕਨਵੈਨਸ਼ਨਲ ਸਿੰਬल्स ਵੀ ਹੁੰਦੇ ਨੇ ਕਨਵੈਨਸ਼ਨਲ ਸਿੰਬल्स ਕੀ ਹੁੰਦੇ ਨੇ ਜੀ ਆਪਾਂ ਇਹਦੀ ਵੀ ਗੱਲ ਕਰਾਂਗੇ ਅੱਗੇ ਕਰਦੇ ਆਂ ਗੱਲ ਮਤਲਬ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਕਿਹੜੀਆਂ-ਕਿਹੜੀਆਂ ਜੀ ਡਿਸਟੈਂਸ ਜਿਹਨੂੰ ਤੁਸੀਂ ਦੂਰੀ ਕਹਿੰਦੇ ਹੋ ਡਾਇਰੈਕਸ਼ਨ ਹੋ ਗਿਆ ਜੀ ਦਿਸ਼ਾਵਾਂ ਤੇ ਕਨਵ ਕਨਵੈਨਸ਼ਨਲ ਸਿੰਬਲ ਨੂੰ ਆਪਾਂ ਕਰਨੇ ਆ ਪ੍ਰਮਾਣਿਕ ਚਿੰਨ ਠੀਕ ਹੈ ਜੀ ਮਤਲਬ ਇਹ ਤਿੰਨੇ ਜਿਹੜੀਆਂ ਚੀਜ਼ਾਂ ਨੇ ਆਪਾਂ ਇਹਨਾਂ ਦੀ ਵਰਤੋਂ ਕਰਕੇ ਹੀ ਕੋਈ ਵਧੀਆ ਜਿਹੜਾ ਨਕਸ਼ਾ ਹੈ ਜੀ ਉਹ ਬਣਾ ਸਕਦੇ ਆ ਹੁਣ ਆਪਾਂ ਜੇ ਡਿਸਟੈਂਸ ਦੀ ਗੱਲ ਕਰੀਏ ਡਿਸਟੈਂਸ ਜਿਹੜਾ ਹੈ ਜੀ ਉਹ ਆਪਣੇ ਜਿਹੜਾ ਜਿਹੜੇ ਵੀ ਆਪਾਂ ਏਰੀਆ ਦਾ ਨਕਸ਼ਾ ਬਣਾ ਰਹੇ ਆ ਤੇ ਉਹਦਾ ਜਿਹੜਾ ਰੇਸ਼ਿਓ ਹੈ ਨਾ ਮਤਲਬ ਉਹ ਤੁਹਾਨੂੰ ਉਹਦੇ ਵਿੱਚ ਤੁਹਾਨੂੰ ਫਰਕ ਵੇਖਣ ਨੂੰ ਮਿਲੂਗਾ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਥਰੂ ਦੱਸਦਾ ਜਿਵੇਂ ਕਿ ਇਹਦੇ ਵਿੱਚ ਹੈ ਨਾ ਆਪਾਂ ਸਕੇਲ ਦੀ ਵਰਤੋਂ ਕਰਦੇ ਆ ਜਦੋਂ ਵੀ ਆਪਾਂ ਡਾਇਰੈਕਸ਼ਨ ਨੂੰ ਦਰਸਾਉਣਾ ਹੈ ਨਾ ਕਿਸੇ ਵੀ ਨਕਸ਼ੇ ਤੇ ਆਪਾਂ ਕੀ ਕਰਾਂਗੇ ਜਿਵੇਂ ਕਿ 1 ਸੈਂਟੀਮੀਟਰ ਨੂੰ ਆਪਾਂ 100 ਮੀਟਰ ਨੂੰ ਵਿਖਾ ਸਕਦੇ ਹਾਂ ਭਾਵ ਇਹ ਜਿਵੇਂ ਮੰਨ ਲਓ ਹੁਣ 1 ਸੈਂਟੀਮੀਟਰ ਜਿਹੜੀ ਮੈਪ ਦੇ ਵਿੱਚ ਜਗ੍ਹਾ ਹੈਗੀ ਆ ਉਹ ਉਹ ਦਰਸਾ ਰਹੀ ਹੈ ਕਿ ਇਹਨੂੰ 100 ਮੀਟਰ ਨੂੰ ਕਿਉਂ ਕਿਉਂਕਿ ਹੁਣ ਜਿਹੜੀ ਜਿਹੜੇ ਵੀ ਏਰੀਆ ਦਾ ਤੁਸੀਂ ਮੈਪ ਬਣਾਉਂਗੇ ਉਹਦਾ ਏਰੀਆ ਬਹੁਤ ਜ਼ਿਆਦਾ ਵੱਡਾ ਹੋਵੇਗਾ ਮੰਨ ਲਓ ਕਿ ਤੁਹਾਡਾ ਜਿਹੜਾ ਪਿੰਡ ਹੈ ਜਿਹੜਾ 1 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਹੁਣ ਤੁਸੀਂ ਕੀ ਸਮਝਦੇ ਹੋ ਮਤਲਬ ਉਹ 1 ਕਿਲੋਮੀਟਰ ਆਪਾਂ ਕੀ ਨਕਸ਼ਾਂ ਤੇ ਜਾਂ ਫਿਰ ਕਿਸੇ ਪੇਜ ਤੇ ਬਣਾ ਸਕਦੇ ਆ ਨਹੀਂ ਬਣਾ ਸਕਦੇ ਆ ਤੇ ਆਪਾਂ ਮੰਨ ਲਓ ਕਿ ਇੱਕ ਜਿਹੜਾ ਕਿਲੋਮੀਟਰ ਹੈ ਉਹਨੂੰ ਆਪਾਂ 1 ਸੈਂਟੀਮੀਟਰ ਦੇ ਵਿੱਚ ਦਰਸਾ ਸਕਦੇ ਆ ਕਿ ਹਾਂ ਵੀ 1 ਸੈਂਟੀਮੀਟਰ ਜਿਹੜਾ ਹੈ ਉਹ 1 ਕਿਲੋਮੀਟਰ ਦੇ ਬਰਾਬਰ ਹੈ ਠੀਕ ਹੈ ਜੀ ਸੋ ਉਮੀਦ ਕਰਦਾ ਤੁਸੀਂ ਮੇਰੀਆਂ ਗੱਲਾਂ ਨੂੰ ਸਮਝ ਪਾ ਰਹੇ ਹੋਵੋਗੇ ਸੋ ਦੋਸਤੋ ਇਹਨਾਂ ਗੱਲਾਂ ਦਾ ਆਪਾਂ ਧਿਆਨ ਰੱਖਦੇ ਆ ਭਾਵ ਇਹ ਕਿ ਆਪਾਂ ਸਕੇਲ ਦਾ ਬੜਾ ਹੀ आ, मतलब चंगे तरीके ਨਾਲ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈ ਜੇਕਰ ਆਪਾਂ ਕੋਈ ਚੰਗਾ ਮੈਪ ਬਣਾ ਰਹੇ ਹਾਂ ਇਹ ਤਾਂ ਗੱਲ ਸੀ ਕਿ ਜੀ ਡਿਸਟੈਂਸ ਦੀ ਤੇ ਡਾਇਰੈਕਸ਼ਨ ਦੀ ਕੀ ਵੈਲਿਊ ਹੈਗੀ ਹੈ ਜੀ ਕਿਉਂਕਿ ਡਾਇਰੈਕਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਜਿਵੇਂ ਹੁਣ ਮੈਂ ਦੱਸਿਆ ਸੀ ਨਾ ਜੇਕਰ ਤੁਸੀਂ ਕਿਤੇ ਜਾਣਾ ਹੋਵੇ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਮੇਰਾ ਜਿਹੜਾ ਘਰ ਆ ਉਹ ਕਿਹੜੇ ਡਾਇਰੈਕਸ਼ਨ ਦੇ ਵਿੱਚ ਹੈ ਜਿਵੇਂ ਮੰਨ ਲਓ ਤੁਹਾਡਾ ਘਰ ਈਸਟ ਵਾਲੀ ਸਾਈਡ ਤੇ ਆ ਤੁਸੀਂ ਵੈਸਟ ਵਾਲੀ ਸਾਈਡ ਤੇ ਤਾਂ ਨਹੀਂ ਜਾਓਗੇ ਨਾ ਸੋ ਐਸੇ ਕਰਕੇ ਹੀ ਆਪਾਂ ਨੂੰ ਡਾਇਰੈਕਸ਼ਨ ਦੀ ਵੀ ਲੋੜ ਪੈਂਦੀ ਹੈਗੀ ਆ ਹੁਣ ਆਪਾਂ ਗੱਲ ਕਰੀਏ ਜੀ ਕ ਜਦੋਂ ਇਹ ਨਕਸ਼ਾ ਬਣਾਇਆ ਜਾਂਦਾ ਉਹਦੇ ਤੇ ਉਹਦੇ ਵਿੱਚ ਨਾ ਤੁਹਾਨੂੰ ਕੁਝ ਆ ਸਿੰਬल्स ਵਿਖਰੇ ਆ ਤੁਹਾਨੂੰ ਆ ਕੁਝ ਸਿੰਬल्स ਨਾ ਉਹਦੇ ਵਿੱਚ ਦਰਸਾਏ ਜਾਂਦੇ ਆ ਬੱਸ ਜਿੰਨਾ ਤੱਕ ਮੈਨੂੰ ਯਾਦ ਆ ਰਿਹਾ ਇਹ ਜਿਹੜੇ ਪ੍ਰਸ਼ਨ ਹੈਗੇ ਆ ਜੀ ਇਹ ਸੀਟੈਟ ਦੇ ਵਿੱਚ ਕਾਫੀ ਵਾਰ ਪੁੱਛੇ ਗਏ ਆ ਆ ਸਿੰਬल्स ਵਾਲੇ ਇਹਦੇ ਵਿੱਚ ਕਨਵੈਨਸ਼ਨਲ ਸਿੰਬल्स ਪੁੱਛ ਲੈਂਦੇ ਆ ਕਿ ਹਾਂ ਵੀ ਦੱਸੋ ਇੱਕ ਕਨਵੈਨਸ਼ਨਲ ਸਿੰਬल्स ਹੁੰਦੇ ਕੀ ਆ ਤੇ ਦੋਸਤੋ ਕਨਵੈਨਸ਼ਨਲ ਸਿੰਬਲ ਉਹ ਸਿੰਬਲ ਹੁੰਦੇ ਆ ਕਿ ਜਿਹਨੇ ਇਹ ਨਾ ਇੱਕ ਪਿਕਚਰ ਦੇ ਫਾਰਮ ਦੇ ਵਿੱਚ ਹੁੰਦੇ ਆ ਜਿਵੇਂ ਆ ਛੋਟੇ ਛੋਟੇ ਪਿਕਚਰਸ ਨਹੀਂ ਬਣੀਆਂ ਹੋਈਆਂ ਇਹ ਛੋਟੇ ਛੋਟੇ ਪਿਕਚਰੀਅਲ ਗ੍ਰਾਫ ਟਾਈਪ ਬਣੇ ਹੋ ਏ ਪਿਕਚਰ ਦੇ थ्रू ਆਪਾਂ ਨੂੰ ਥੋੜੀ ਜੀ ਅੰਡਰਸਟੈਂਡਿੰਗ ਹੁੰਦੀ ਆ ਕਿ ਹਾਂ ਵੀ ਕਿਸੇ ਨਕਸ਼ੇ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਰਸਾਈਆਂ ਹੁੰਦੀਆਂ ਨੇ ਐਂਡ ਇਹ ਜਿਹੜੀਆਂ ਪਿਕਚੂਰੀਅਲ ਰਿਪਰੈਜ਼ੈਂਟੇਸ਼ਨ ਹੁੰਦੀਆਂ ਨੇ ਜੀ ਇਹਦੇ ਵਿੱਚ ਇਹ ਨੇਚਰਲ ਵੀ ਹੋ ਸਕਦੀਆਂ ਨੇ ਤੇ ਮੈਨਮੇਡ ਫੀਚਰਸ ਵੀ ਹੋ ਸਕਦੇ ਨੇ ਤੇ ਇਹਨੂੰ ਕਿਹਦੇ ਦੁਆਰਾ ਬਣਾਇਆ ਜਾਂਦਾ ਜੀ ਇਹਨੂੰ ਬਣਾਇਆ ਜਾਂਦਾ ਸਰਵੇ ਡਿਪਾਰਟਮੈਂਟ ਦੁਆਰਾ ਕਿਹਦੇ ਦੁਆਰਾ ਬਣਾਇਆ ਜਾਂਦਾ ਜੀ ਇਹਨੂੰ ਸਰਵੇ ਡਿਪਾਰਟਮੈਂਟ ਦੁਆਰਾ ਇਹਨੂੰ ਬਣਾਇਆ ਜਾਂਦਾ ਮਤਲਬ ਹਰੇਕ ਕੰਟਰੀ ਦਾ ਇੱਕ ਸਰਵੇ ਡਿਪਾਰਟਮੈਂਟ ਹੁੰਦਾ ਜਿਹੜਾ ਕਿ ਸਰਵੇ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਬਣਾਉ ਇਹ ਜਿਹੜੇ ਮੈਂ ਤੁਹਾਨੂੰ ਸਿੰਬल्स ਵਿਖਾਏ ਆ ਇਹ ਪੂਰੇ ਵਿਸ਼ਵ ਦੇ ਵਿੱਚ ਸੇਮ ਸਿੰਬਲ ਹੀ ਯੂਜ਼ ਕੀਤੇ ਜਾਂਦੇ ਆ ਕਿਉਂ ਕਿ ਸਾਰੇ ਹੀ ਜਿਹੜੇ ਦੇਸ਼ ਨੇ ਉਹਨਾਂ ਵਿੱਚ ਇੱਕ ਐਗਰੀਮੈਂਟ ਹੋਇਆ ਕਿ ਹਾਂ ਵੀ ਆਪਾਂ ਨਾ ਜਦੋਂ ਵੀ ਮੈਪਸ ਬਣਾਵਾਂਗੇ ਆਪਾਂ ਇਹਨਾਂ ਦੀ ਜਿਹੜੀ ਵਰਤੋਂ ਹੈਗੇ ਹੈ ਹੈਗੀ ਹੈ ਜੀ ਆਪਾਂ ਨਾ ਸਾਰੇ ਮਤਲਬ ਇੱਕ ਆਪਾਂ ਐਗਰੀਮੈਂਟ ਬਣਾ ਲੈਨੇ ਆ ਕਿ ਜੇਕਰ ਤੁਸੀਂ ਕੈਪੀਟਲ ਆਫ ਕੰਟਰੀ ਨੂੰ ਆਹ ਵਾਲਾ ਸਿੰਬਲ ਦੇ ਰਹੇ ਹੋ ਤੇ ਅਸੀਂ ਵੀ ਸੇਮ ਸਿੰਬਲ ਹੀ ਦਵਾਂਗੇ ਤਾਂ ਕਿ ਆਪਾਂ ਨੂੰ ਇਹ ਜਿਹੜੇ ਮੈਪਸ ਹੈਗੇ ਜੀ ਇਹਨਾਂ ਨੂੰ ਬਣਾਉਣ ਲੱਗਿਆ ਮਤਲਬ ਕੋਈ ਪ੍ਰੋਬਲਮ ਨਾ ਆਵੇ ਕਨਵੀਨੀਅੰਟ ਵੇਨਰ ਆਪਾਂ ਇਹ ਜਿਹੜੇ ਮੈਪਸ ਹੈਗੇ ਆ ਜੀ ਇਹਨਾਂ ਨੂੰ ਆਪਾਂ ਤਿਆਰ ਕਰ ਸਕੀਏ ਹੁਣ ਆਪਾਂ ਕਨਵੈਨਸ਼ਨਲ ਸਿੰਬਲ ਦੀ ਹੋਰ ਵੀ ਗੱਲ ਕਰਾਂਗੇ ਕਿ ਇਹ ਜਿਹੜੇ ਕਨਵੈਨਸ਼ਨਲ ਸਿੰਬਲਸ ਹੁੰਦੇ ਨੇ ਜੀ ਕਾਫੀ ਯੂਸਫੁਲ ਹੁੰਦੇ ਨੇ ਜਿਵੇਂ ਕਿ ਆਪਾਂ ਜੇ ਬਾਉਂਡਰੀਜ਼ ਦੀ ਗੱਲ ਕਰੀਏ ਬਾਉਂਡਰੀਜ਼ ਦੇ ਵਿੱਚ ਜੇਕਰ ਤੁਸੀਂ ਇੰਟਰਨੈਸ਼ਨਲ ਬਾਉਂਡਰੀ ਦਰਸਾਉਣੀ ਹੋਵੇ ਤੇ ਤੁਸੀਂ ਇਹ ਵਾਲਾ ਜਿਹੜਾ ਸਿੰਬਲ ਹੈ ਨਾ ਤੁਸੀਂ ਇਹਦੀ ਵਰਤੋਂ ਕਰਦੇ ਹੋ ਜੇਕਰ ਆਪਾਂ ਓਸ਼ੀਅਨਸ ਦੀ ਗੱਲ ਕਰਨੀ ਹੋਵੇ ਤੇ ਤੁਸੀਂ ਇਸ ਕੁਝ ਇਸ ਤਰ੍ਹਾਂ ਦਾ ਸਿੰਬਲ ਵਰਤਦੇ ਹੋ ਸਟੇਟ ਜਾਂ ਫਿਰ ਯੂਨੀਅਨ ਟੈਰੀਟਰੀਜ਼ ਹੁੰਦੇ ਨੇ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦੇ ਨੇ ਉਹਨਾਂ ਲਈ ਤੁਸੀਂ ਇਹਦੀ ਵਰਤੋਂ ਕਰਦੇ ਹੋ ਸੋ ਇਸੇ ਤਰ੍ਹਾਂ ਹੀ ਜਿਹੜੇ ਪੋਪੂਲੇਸ਼ਨ ਨੇ ਜੀ ਪੋਪੂਲੇਸ਼ਨ ਦੇ ਵਿੱਚ ਜਿਵੇਂ ਕਿ ਕੈਪੀਟਲ ਆਫ ਕੰਟਰੀ ਨੂੰ ਤੁਸੀਂ ਇਸ ਤਰ੍ਹਾਂ ਦਰਸਾਉਣੀ ਹੋ ਕੈਪੀਟਲ ਆਫ ਅ ਸਟੇਟ ਕਿਸੇ ਰਾਜ ਦੀ ਜਿਹੜੀ ਕੈਪੀਟਲ ਹੈ ਰਾਜस्तानीयां ਤੁਸੀਂ ਉਹਨੂੰ ਇਸ ਤਰ੍ਹਾਂ ਦਰਸਾਉਣੀ ਹੋ ਉਸੇ ਤਰ੍ਹਾਂ ਦਾ ਇੱਕ ਹੋਰ ਸਿੰਬਲ ਹੈ ਜੀ ਪਰ ਉਹ ਥੋੜਾ ਜਿਹਾ ਛੋਟਾ ਹੈ ਜਿਵੇਂ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਜਿਹੜਾ ਏਰੀਆ ਹੈਗਾ ਜੀ ਉਹਦੇ ਲਈ ਇਹ ਅਦਰ ਟਾਊਨ ਲਈ ਇਹ ਮੀਨਸ ਆਫ ਟਰਾਂਸਪੋਰਟ ਠੀਕ ਹੈ ਜੀ ਜਿਵੇਂ ਕਿ ਇਹਦੇ ਇੰਟਰਨੈਸ਼ਨਲ 에ਅਰਵੇਜ਼ ਲਈ ਤੁਸੀਂ ਇਹ ਵਰਤੋਂ ਕਰਦੇ ਹੋ ਰੇਲਵੇ ਰੇਲਵੇ ਲਈ ਤੁਸੀਂ ਹਨਾ ਇੱਕ ਆ ਡੰਡੀ ਬਣਾਈ ਹੋਈ ਆ ਤੇ ਕੁਝ ਇਸ ਤਰ੍ਹਾਂ ਦੇ ਸਿੰਬਲ ਬਣੇ ਹੋਏ ਨੇ ਸੋ ਇਸੇ ਤਰ੍ਹਾਂ ਹੀ ਇੰਪੋਰਟੈਂਟ ਰੇਲਵੇਜ਼ ਨੈਸ਼ਨਲ ਰੂਡਵੇਜ਼ ਰੇਲਵੇ ਟਨਲਸ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ ਇਸੇ ਤਰ੍ਹਾਂ ਹੀ ਜੇਕਰ ਆਪਾਂ ਵਾਟਰ ਸਿੰਬਲ ਦੀ ਗੱਲ ਕਰੀਏ ਗਲੇਸ਼ੀਅਰ ਕੁਝ ਇਸ ਤਰ੍ਹਾਂ ਦੇ ਬਣਾਏ ਜਾਂਦੇ ਨੇ ਮਾਰਸ਼ੀ ਕੁਝ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜੀ ਕੋਰਲ ਲੀਫ ਕੋਰਲ ਰੀਫ ਨੂੰ ਕੁਝ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਜੀ ਹੌਂਡਰਸ ਰੀਵਰਸ ਕਨਾਲਸ ਵਾਟਰ ਪਾਈਪਲਾਈਨਸ ਫਿਜ਼ੀਓਗ੍ਰਾਫੀਕਲ ਕੰਟ੍ਰਾਸਟ ਡੇਜ਼ਰਟ ਹਾਈਟ ਆਫ ਪੀਕ ਐਂਡ ਸਪੌਟ ਹਾਈਟ ਔਇਲ ਐਂਡ ਗੈਸ ਏਰੀਆਜ਼ ਔਇਲ ਪਾਈਪਲਾਈਨਸ ਗੈਸ ਪਾਈਪਲਾਈਨਸ ਵੀਡੀਓ ਪਾਜ਼ ਕਰਕੇ ਤੁਸੀਂ ਇਹ ਸਾਰੇ ਸਿੰਬਲ ਧਿਆਨ ਨਾਲ ਵੇਖ ਲਿਓ ਤੇ ਦੋਸਤੋ ਜਦੋਂ ਵੀ ਆਪਾਂ ਨਕਸ਼ੇ ਬਣਾ ਰਹੇ ਹੁੰਨੇ ਆ ਉਹਦੇ ਤੇ ਆਪਾਂ ਕੁਝ ਕਲਰਸ ਦੇ ਥਰੂ ਵੀ ਆਪਾਂ ਕਾਫੀ ਸਾਰੀਆਂ ਚੀਜ਼ਾਂ ਦਰਸਾ ਸਕਦੇ ਹੁੰਨੇ ਆ ਜਿਵੇਂ ਕਿ ਹੁਣ ਆਪਾਂ ਪਹਾੜਾਂ ਦੀ ਗੱਲ ਕਰੀਏ ਜੇਕਰ ਆਪਾਂ ਪਹਾੜਾਂ ਦੀ ਗੱਲ ਕਰੀਏ ਤੇ ਪਹਾੜਾਂ ਨੂੰ ਆਪਾਂ ਕਿਹੜੇ ਕਲਰ ਨਾਲ ਦਰਸਾਉਣੀ ਆ ਆਪਾਂ ਉਹਨਾਂ ਨੂੰ ਮੇਨਲੀ ਬ੍ਰਾਊਨ ਕਲਰ ਨਾਲ ਦਰਸਾ ਮੇਨਲੀ ਵਾਈਟ ਕਲਰ ਨਾਲ ਵਿਖਾ ਦਿੰਨੇ ਆ ਜੀ ਜੇਕਰ ਆਪਾਂ ਪਾਣੀ ਦੀ ਗੱਲ ਕਰੀ ਜਿਵੇਂ ਕਿ ਅਰਥ ਨੂੰ ਬਲੂ ਪਲਾਨਟ ਵੀ ਕਿਹਾ ਜਾਂਦਾ ਨੀਲਾ ਗ੍ਰਹਿ ਕਿਹਾ ਜਾਂਦਾ ਨਾ ਸੋ ਉਹਨੂੰ ਆਪਾਂ ਬਲੂ ਕਲਰ ਨਾਲ ਵਿਖਾ ਸਕਦੇ ਆ ਜਿਹੜੇ ਮੈਦਾਨੀ ਖੇਤਰ ਨੇ ਠੀਕ ਹੈ ਜੀ ਉਹਨੂੰ ਤੁਸੀਂ ਹਰੇ ਨਾਲ ਵਿਖਾ ਸਕਦੇ ਹੋ ਕਿ ਹਾਂ ਵੀ ਇੱਥੇ ਕੀ ਹੈ ਜੀ ਇਹ ਮਤਲਬ ਗ੍ਰੀਨ ਗ੍ਰੀਨ ਹੈ ਮਤਲਬ ਫਸਲਾਂ ਵਗੈਰਾ ਮਤਲਬ ਆਪਾਂ ਜਦੋਂ ਵੀ ਪਲੇਨ ਨੂੰ ਦਰਸਾਉਣਾ ਆਉਂਦਾ ਆਪਾਂ ਉਹਨੂੰ ਗ੍ਰੀਨ ਕਲਰ ਦੇ ਵਿੱਚ ਹੀ ਦਰਸਾਉਨੇ ਆ ਜਾਂ ਫਿਰ ਕੋਈ ਅਪਲੈਂਡਸ ਹੋ ਗਿਆ ਠੀਕ ਹੈ ਜੀ ਅਪਲੈਂਡਸ ਦਾ ਭਾਵ ਇਹ ਹੀ ਹੈ ਕਿ ਜਿਵੇਂ ਮੰਨ ਲਓ ਇੱਥੇ ਕੋਈ ਪਠਾਰ ਹੋ ਉਦੇ ਲਈ ਵੀ ਤੁਸੀਂ ਕਿਹਦੀ ਵਰਤੋਂ ਕਰ ਸਕਦੇ ਹੋ ਉਹਨੂੰ ਤੁਸੀਂ yellow color ਲਈ ਵਰਤੋਂ ਕਰ ਸਕਦੇ ਹੋ ਤੇ ਪਹਾੜਾਂ ਲਈ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਜੇਕਰ ਆਪਾਂ ਪਹਾੜਾਂ ਦੀ ਗੱਲ ਕਰਨੀ ਹੋਵੇ ਉਹਦੇ ਲਈ ਤੁਸੀਂ brown color ਹੈ ਜੀ ਉਹਦੀ ਤੁਸੀਂ ਵਰਤੋਂ ਕਰ ਸਕਦੇ ਹੋ ਸੋ ਦੋਸਤੋ ਇਹ ਆਪਣਾ ਇੱਕ ਛੋਟਾ ਜਿਹਾ ਚੈਪਟਰ ਸੀ ਉਮੀਦ ਤਾਂ ਮੈਂ ਹੀ ਕਰੂੰਗਾ ਕਿ ਇਸ ਛੋਟੇ ਦੇ ਚੈਪਟਰ ਦੇ ਵਿੱਚ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਜੀ ਜੇਕਰ ਸਿੱਖਣ ਨੂੰ ਮਿਲਿਆ ਹੈ ਤੇ ਲਾਈਕ ਕਰਕੇ ਮਤਲਬ ਮੈਨੂੰ ਦੱਸ ਦਿਓ ਕਿ ਹਾਂ ਵੀ ਤੁਹਾਨੂੰ ਜਿਹੜੀ ਵੀਡੀਓ ਹੈ ਜੀ ਪਸੰਦ ਆਈ ਹੈ ਤੇ ਮੈਂ ਇਹਨਾਂ ਵੀਡੀਓਜ਼ ਨੂੰ ਕੰਟੀਨਿਊ ਬਣਾਉਂਦਾ ਰਹਾ ਮਾਂ ਤੇ ਦੋਸਤੋ ਹੁਣੇ ਮੈਨੂੰ ਕਮੈਂਟ ਮੈਂ ਪੜ ਵੀ ਦੋ ਕ ਦਿਨਾਂ ਤੋਂ ਵੀਡੀਓਜ਼ ਨਹੀਂ ਆਈਆਂ ਵੈਸੇ ਪਰਸੋ ਤਾਂ ਮੈਂ ਚਲੋ ਵੀਡੀਓ ਬਣਾਈ ਹੀ ਸੀ ਕੱਲ ਨਹੀਂ ਵੀ ਵੀਡੀਓ ਬਣਾਈ ਮੈਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਪਾਵਰ ਕੱਟ ਬਹੁਤ ਜ਼ਿਆਦਾ ਲੱਗ ਰਿਹਾ ਹੈ ਜਿਸ ਦੇ ਕਰਕੇ ਮਤਲਬ ਲੈਪਟਾਪ ਚਾਰਜ ਨਹੀਂ ਰਹਿੰਦਾ ਸੋ ਜਿਸ ਦੇ ਕਰਕੇ ਮੈਂ ਹੁਣ ਇਹ ਵੀਡੀਓ ਰਿਕਾਰਡ ਕਰ ਰਿਆ ਸਗਾ ਸੋ ਦੋਸਤੋ ਪੜਦੇ ਰਹੋ ਕਿਉਂਕਿ ਜੇਕਰ ਤੁਸੀਂ ਮਿਹਨਤ ਕਰੋਗੇ ਉਹਦਾ ਫਲ ਤੁਹਾਨੂੰ ਫੇਰ ਹੀ ਮਿਲੇਗਾ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਜੇਕਰ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵੀਡੀਓ ਨੂੰ ਆਪਦੇ ਦੋਸਤਾਂ ਤੱਕ ਵੀ ਜਰੂਰ ਸ਼ੇਅਰ ਕਰ ਦਿਆ ਕਰੋ ਸੋ ਇਸ ਦਿਨ